ਪਿਛਲੇ ਮਹੀਨੇ ਮੈਂ ਇਹਨਾਂ ਕੋਲ ਪਟਿਆਲੇ ਗਿਆ ਸੀ ਅਤੇ ਇਹਨਾਂ ਦੀ ਆਹ ਬੁੱਕ ਬਾਰੇ ਦੇਖਿਆ ਵੀ 20-22 ਸਾਲਾਂ ਦੀ ਮਿਹਨਤ, ਵਿਆਹ ਵੀ ਨਹੀਂ ਕਰਵਾਇਆ ਇਹਨਾਂ ਨੇ ਭੁੱਲ ਕੇ, ਮਤਲਬ ਸਾਰੀ ਜ਼ਿੰਦਗੀ ਇਹਨਾਂ ਨੇ ਇੱਥੇ ਲਾ ਦਿੱਤੀ। 47 ਤੋਂ ਪਹਿਲਾਂ ਦਾ ਰਿਕਾਰਡ, ਜਿਹੜੇ 35 ਫਿਲਮਾਂ ਦਾ ਰਿਕਾਰਡ ਪਾਕਿਸਤਾਨ 'ਚ ਹੀ ਮਿਲਿਆ ਸੀ। ਇਸ ਕਰਕੇ ਪੰਜਾਬੀ ਫਿਲਮ ਕੇ ਪੰਜਾਬ, ਇਸ਼ਕ ਏ ਪੰਜਾਬ, ਇਕੱਲੀ ਇਕੱਲੀ ਫਿਲਮ, ਇਕੱਲੇ ਇਕੱਲੇ ਡਾਇਰੈਕਟਰ ਕੌਣ ਆ, ਪ੍ਰੋਡਿਊਸਰ ਕੌਣ ਆ, ਵਿੱਚ ਬੜੀ ਮਿਹਨਤ ਨਾਲ 22 ਸਾਲ ਲੱਗ ਗਏ ਇਹਨਾਂ ਨੂੰ ਆਹ ਬੁੱਕ, ਕਿਉਂਕਿ 1947 ਤੋਂ ਪਹਿਲਾਂ ਦਾ ਰਿਕਾਰਡ, ਜਿਹੜੇ 35 ਫਿਲਮਾਂ ਦਾ ਰਿਕਾਰਡ ਪਾਕਿਸਤਾਨ 'ਚ ਹੀ ਮਿਲਿਆ ਸੀ। 80 ਤੋਂ ਲੈ ਕੇ 2020 ਤੱਕ ਦਾ ਉਹ ਮੇਰਾ ਚੱਲ ਰਿਹਾ ਡੀਐਨਿੰਗ ਦਾ ਕੰਮ। ਇਹਦੇ ਨਾਲ ਇੱਕ ਹੋਰ ਕਿਤਾਬ ਆ ਮੇਰੀ, ਪੰਜਾਬੀ ਸਿਨੇਮਾ ਦੀਆਂ ਤਾਰੀਖ ਸਾਜ਼ ਹਸਤੀਆਂ, ਉਹ ਪੰਜਾਬੀ ਸਿਨੇਮੇ ਦੇ ਉਹ ਸਾਰੇ ਫਨਕਾਰ ਹੀ ਸ਼ਾਮਿਲ ਆ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਵਿੱਚ ਕਿਸੇ ਨੇ ਬਤੌਰ ਸੰਗੀਤਕਾਰ, ਬਤੌਰ ਗੀਤਕਾਰ, ਬਤੌਰ ਅਦਾਕਾਰ ਕੰਮ ਕੀਤਾ, ਬਤੌਰ ਖਲਨਾਇਕ ਕੰਮ ਕੀਤਾ, ਬਤੌਰ ਮਜ਼ਾਹੀਆ ਅਦਾਕਾਰ ਕੰਮ ਕੀਤਾ। ਉਹ ਸਾਰੀਆਂ ਜਿਹੜੀਆਂ ਅਜੀਮ ਹਸਤੀਆਂ ਉਹ ਮੇਰੇ ਪਾਰਟ 1 'ਚ ਸ਼ਾਮਿਲ ਆ। ਅਤੇ ਜਿਹੜੀ ਪੰਜਾਬੀ ਜ਼ਬਾਨ ਦੀ ਜਿਹੜੀ ਪਹਿਲੀ ਬੋਲਦੀ ਫਿਲਮ ਸੀ ਉਹ ਹਿੰਦ ਮਾਤਾ ਸਿਨੇਟਾਊਨ ਕੰਪਨੀ ਬੰਬੇ ਵਾਲਿਆਂ ਨੇ ਲਾਹੌਰ, ਗੁਰਦਾਸਪੁਰ, ਅੰਮ੍ਰਿਤਸਰ ਸ਼ੂਟਿੰਗ ਕਰਕੇ ਫਿਲਮ ਬਣਾਈ ਸੀ, ਜਿਹਦਾ ਪਹਿਲਾ ਨਾਂ ਮਿਰਜ਼ਾ ਸਾਹਿਬਾ ਸੀ। ਜਦੋਂ ਇਹ ਫਿਲਮ ਮੁਕੰਮਲ ਹੋਈ ਅਤੇ ਫਿਲਮ ਦਾ ਨਾਂ ਸੀ ਇਸ਼ਕ ਏ ਪੰਜਾਬ ਉਰਫ ਮਿਰਜ਼ਾ ਸਾਹਿਬਾ, ਜਿਹੜੀ 29 ਮਾਰਚ 1935 ਨੂੰ ਨਿਰੰਜਨ ਟਾਕੀ ਮੈਕਲੌਡ ਰੋਡ ਲਾਹੌਰ ਵਿੱਚ ਸਾਡੀ ਪੰਜਾਬੀਆਂ ਦੀ ਪਹਿਲੀ ਫਿਲਮ ਰਿਲੀਜ਼ ਹੋਈ। ਦੇਖੋ ਜੀ, ਸਾਂਝੀਆਂ ਫਿਲਮਾਂ, ਤੁਹਾਨੂੰ ਮੈਂ ਅੱਜ ਇਹ ਗੱਲ ਮੰਜ਼ਰ ਕਲੀਅਰ ਕਰ ਹੀ ਦੇਵਾਂ, ਉਹ ਸਾਂਝੀਆਂ ਫਿਲਮਾਂ ਨਹੀਂ ਸੀ, ਦਰਅਸਲ ਭਾਰਤੀ ਫਿਲਮਾਂ ਸੀਗੀਆਂ ਜਿਹੜੀਆਂ 1935 ਤੋਂ ਲੈ ਕੇ 1946 ਤੱਕ ਬਣੀਆਂ। ਤਾਂ ਫਨਕਾਰ ਉਹੀ ਸਾਂਝੇ ਸੀ ਜੋ ਵੰਡ ਤੋਂ ਬਾਅਦ ਉੱਧਰ ਚਲੇ ਗਏ, ਉਹਨਾਂ ਨੇ ਜਾ ਕੇ ਉੱਧਰਲੀਆਂ ਪੰਜਾਬੀ ਫਿਲਮਾਂ 'ਚ ਜਾਂ ਉੱਧਰਲੀਆਂ ਉਰਦੂ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰਤਾ। ਜਿਹੜੇ ਸਾਡੇ ਫਨਕਾਰ ਉੱਧਰ ਸੀਗੇ, ਜਿਹੜੇ ਕੋਈ ਸਿੱਖ ਜਾਂ ਹਿੰਦੂ ਫੈਮਲੀਆਂ ਦੇ ਅਦਾਕਾਰ ਸੀ, ਉਹ ਜਦੋਂ ਪੰਜਾਬ ਵੰਡ ਤੋਂ ਬਾਅਦ ਇੱਧਰ ਆਏ, ਉਹਨਾਂ ਨੇ ਮਤਲਬ ਇੱਧਰਲੀਆਂ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰਤਾ। ਜਿਹੜੇ ਫਨਕਾਰ ਨੂਰਜਾਂ ਵਰਗੇ ਵੱਡੇ ਫਨਕਾਰ ਸੀ ਜਾਂ ਭਾਈ ਗੁਲਾਮ ਹੈਦਰ ਅੰਮ੍ਰਿਤਸਰੀ ਵਰਗੇ ਵੱਡੇ ਮਿਊਜ਼ਿਕ ਡਾਇਰੈਕਟਰ ਸੀਗੇ, ਉਹ ਸਾਰੇ ਵੰਡ ਤੋਂ ਬਾਅਦ ਉਹ ਉੱਧਰ ਚਲੇ ਗਏ। ਮੇਰੇ ਇੱਕ ਦੋਸਤ ਆ ਜੀ ਟੋਨੀ ਮਰਵਾਹਾ ਜੀ ਕਨੇਡਾ ਤੋਂ, ਅਤੇ ਉਹਨਾਂ ਦੇ ਥਰੂ ਮੈਨੂੰ ਇਹ ਮਿਲੇ ਆ। ਅਤੇ ਪਿਛਲੇ ਮਹੀਨੇ ਮੈਂ ਇਹਨਾਂ ਕੋਲ ਪਟਿਆਲੇ ਗਿਆ ਸੀ ਅਤੇ ਇਹਨਾਂ ਦੀ ਆਹ ਬੁੱਕ ਬਾਰੇ ਦੇਖਿਆ ਵੀ 20-22 ਸਾਲਾਂ ਦੀ ਮਿਹਨਤ, ਵਿਆਹ ਵੀ ਨਹੀਂ ਕਰਵਾਇਆ ਇਹਨਾਂ ਨੇ ਭੁੱਲ ਕੇ, ਮਤਲਬ ਸਾਰੀ ਜ਼ਿੰਦਗੀ ਇਹਨਾਂ ਨੇ ਇੱਥੇ ਲਾ ਦਿੱਤੀ। ਅਤੇ ਮੈਂ ਇਹਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਅਤੇ ਉਹਦੇ ਦੀ ਪੰਜਾਬੀ ਸਿਨੇਮਾ ਨੂੰ ਮੈਂ ਵੀ ਬੜਾ ਸਾਲਾਂ ਦਾ ਇਤਿਹਾਸ। ਇਕੱਲੀ ਇਕੱਲੀ ਫਿਲਮ, ਇਕੱਲੇ ਇਕੱਲੇ ਡਾਇਰੈਕਟਰ ਕੌਣ ਆ, ਪ੍ਰੋਡਿਊਸਰ ਕੌਣ ਆ, ਵਿੱਚ ਬੜੀ ਮਿਹਨਤ ਨਾਲ 22 ਸਾਲ ਲੱਗ ਗਏ ਇਹਨਾਂ ਨੂੰ ਆਹ ਬੁੱਕ, ਕਿਉਂਕਿ 1947 ਤੋਂ ਪਹਿਲਾਂ ਦਾ ਰਿਕਾਰਡ, ਜਿਹੜੇ 35 ਫਿਲਮਾਂ ਦਾ ਰਿਕਾਰਡ ਪਾਕਿਸਤਾਨ 'ਚ ਹੀ ਮਿਲਿਆ ਸੀ। ਇਸ ਕਰਕੇ ਪੰਜਾਬੀ ਫਿਲਮ ਕੇ ਪੰਜਾਬ, ਇਸ਼ਕ ਏ ਪੰਜਾਬ, 35 ਤੋਂ ਲੈ ਕੇ 1985 ਤੱਕ ਦੀਆਂ ਜਿੰਨੀਆਂ ਵੀ ਲੜੀਵਾਰ ਫਿਲਮਾਂ ਇਕੱਲੀਆਂ ਇਕੱਲੀਆਂ, 47 ਤੱਕ ਦੀਆਂ ਤਾਂ ਮਤਲਬ ਮੇਰੀ ਦੀ ਕਿਤਾਬ 1935 ਤੋਂ ਲੈ ਕੇ 85 ਤੱਕ 50 ਸਾਲਾਂ ਦਾ ਜਿਹੜਾ ਗੋਲਡਨ ਪੀਰੀਅਡ ਸੀਗਾ ਉਹ ਮੈਂ ਰਿਲੀਜ਼ ਕਰ ਚੁੱਕਿਆ 2019 ਵਿੱਚ ਪਫਟਾ ਵੱਲੋਂ। ਗੁਰਪ੍ਰੀਤ ਘੁੱਗੀ ਜੀ, ਮਲਕੀਤ ਰਾਉਣੀ ਬਾਈ ਜੀ, ਭਾਰਤ ਭੂਸ਼ਣ ਵਰਮਾ ਜੀ, ਇਹਨਾਂ ਨੇ ਸਾਰਿਆਂ ਨੇ ਰਲ ਕੇ 2019 'ਚ ਮੇਰੀ ਕਿਤਾਬ ਪੰਜਾਬ ਕਲਾ ਭਵਨ ਚੰਡੀਗੜ੍ਹ ਦੇ ਰਿਲੀਜ਼ ਕੀਤੀ। ਉਸ ਤੋਂ ਬਾਅਦ ਇਹਦਾ ਸੈਕਿੰਡ ਪਾਰਟ 1986 ਤੋਂ ਲੈ ਕੇ 2020 ਤੱਕ ਦਾ ਉਹ ਮੇਰਾ ਚੱਲ ਰਿਹਾ ਡੀਐਨਿੰਗ ਦਾ ਕੰਮ। ਇਹਦੇ ਨਾਲ ਇੱਕ ਹੋਰ ਕਿਤਾਬ ਆ ਮੇਰੀ, ਪੰਜਾਬੀ ਸਿਨੇਮਾ ਦੀਆਂ ਤਾਰੀਖ ਸਾਜ਼ ਹਸਤੀਆਂ, ਉਹ 'ਚ ਪੰਜਾਬੀ ਸਿਨੇਮੇ ਦੇ ਉਹ ਸਾਰੇ ਫਨਕਾਰ ਹੀ ਸ਼ਾਮਿਲ ਆ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਵਿੱਚ ਕਿਸੇ ਨੇ ਬਤੌਰ ਸੰਗੀਤਕਾਰ, ਬਤੌਰ ਗੀਤਕਾਰ, ਬਤੌਰ ਅਦਾਕਾਰ ਕੰਮ ਕੀਤਾ, ਬਤੌਰ ਖਲਨਾਇਕ ਕੰਮ ਕੀਤਾ, ਬਤੌਰ ਮਜ਼ਾਹੀਆ ਅਦਾਕਾਰ ਕੰਮ ਕੀਤਾ। ਉਹ ਸਾਰੀਆਂ ਜਿਹੜੀਆਂ ਅਜੀਮ ਹਸਤੀਆਂ ਉਹ ਮੇਰੇ ਪਾਰਟ 1 'ਚ ਸ਼ਾਮਿਲ ਆ। ਇਹ ਖਿਆਲ ਕਿਸ ਤਰ੍ਹਾਂ ਆਇਆ ਤੁਹਾਨੂੰ, ਕਿਸ ਤਰ੍ਹਾਂ ਲੱਗਿਆ ਵੀ ਜ਼ਰੂਰਤ ਕਿਸ ਤਰ੍ਹਾਂ? ਦੇਖੋ, ਪੰਜਾਬੀ ਜਦੋਂ ਮੈਂ ਪੰਜਾਬੀ ਸਿਨੇਮੇ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਪੰਜਾਬੀ ਸਿਨੇਮੇ 'ਤੇ ਕੋਈ ਕਿਤਾਬ ਨਹੀਂ ਸੀ ਮਾਰਕੀਟ 'ਚ ਮੌਜੂਦ। ਹਿੰਦੀ ਸਿਨੇਮੇ ਉੱਤੇ ਬੇਸ਼ੁਮਾਰ ਕਿਤਾਬਾਂ ਲਿਖੀਆਂ ਗਈਆਂ ਸੀਗੀਆਂ। ਮੈਂ ਪੰਜਾਬੀ ਸਿਨੇਮੇ ਦਾ ਮਤਲਬ ਇੰਨਾ ਕੁ ਵੱਡਾ ਮਜ਼ਾ ਸੀ, ਪੰਜਾਬੀ ਫਿਲਮਾਂ ਦੇਖਣ ਦਾ ਇੰਨਾ ਕੁ ਸ਼ੌਕੀਨ ਸੀਗਾ, ਮੈਨੂੰ ਲੱਗਿਆ ਵੀ ਮੈਨੂੰ ਪੰਜਾਬੀ ਸਿਨੇਮੇ ਦੀ ਕੋਈ ਕਿਤਾਬ ਭਾਲਣੀ ਚਾਹੀਦੀ ਹੈ। ਉਹਦੀ ਮੈਂ ਤਲਾਸ਼ ਬਹੁਤ ਕੀਤੀ, ਜਿੱਥੇ ਜਿੱਥੇ ਵੀ ਮੇਰੇ ਜਾਣਕਾਰ ਮਿੱਤਰ ਪਿਆਰੇ ਰਹਿੰਦੇ ਸਾਰਿਆਂ ਨੂੰ ਪੁੱਛਿਆ, ਤਾਂ ਕਿਤੋਂ ਮੈਨੂੰ ਕਿਤਾਬ ਨਹੀਂ ਮਿਲੀ। ਅਖੀਰ 'ਤੇ ਫਿਰ ਮੈਂ ਕਿਤਾਬ ਦਾ ਕੰਮ ਆਪ ਹੀ ਸ਼ੁਰੂ ਕੀਤਾ ਵੀ ਨਹੀਂ, ਪੰਜਾਬੀ ਸਿਨੇਮੇ 'ਤੇ ਅੱਜ ਤੱਕ ਕੋਈ ਵੀ ਪੁਖਤਾ ਕੰਮ ਕਦੇ ਵੀ ਨਹੀਂ ਹੋਇਆ, ਕਦੇ ਵੀ ਉਹ ਦਸਤਾਵੇਜ਼ੀ ਰੂਪ 'ਚ ਉਹ ਸਾਹਮਣੇ ਨਹੀਂ ਆਇਆ ਸੀਗਾ। ਫਿਰ ਇਹ ਕੰਮ 1999 ਤੋਂ ਸ਼ੁਰੂ ਕਰਤਾ ਸੀ। ਅੱਛਾ, ਪਹਿਲੀ ਜਿਹੜੀ ਕਿਤਾਬ ਦੇ ਵਿੱਚ ਤੁਸੀਂ ਫਿਲਮ ਲਿਖੀ, ਕਿਹੜੇ ਸਨ 'ਚ ਬਣੀ ਹੋਈ ਆ ਅਤੇ ਕੀ ਨਾਮ? ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਕੁਛ ਜਿਹੜੀਆਂ ਸਿਨੇਮੇ ਬਾਰੇ ਜਾਂ ਪੰਜਾਬ ਬਾਰੇ ਚੰਦ ਗੱਲਾਂ ਸਾਂਝੀਆਂ ਕਰੂੰਗਾ।
लाहौर पंजाब च बनने वाली जी पहली चुप खामोश फिल्म सी वो सी डॉटर्स ऑफ टूडे और प्रेम परीक्षा। यह फिल्म 1928 फिल्म यह बनी सी तो 1928 फिल्म सेंसर हुई सी 1929 फिल्म रिलीज़ हुई। जी लाहौर च बनने वाली पहली जी हिंदी फिल्म सी बोलती हिंदी फिल्म जां कह लो टाकीज फिल्म वो सी अपने हीर रांझा उर्फ हूरे पंजाब वो 1932 आई सी। जे मैं पहली बोलती पंजाबियों की फिल्म की गल करा क्योंकि आलम बारह 1931 च रिलीज़ होने वाली भारत की पहली बोलती फीचर फिल्म सी पर पंजाबियों अज तक ये नहीं पता भी साड़ी पंजाबी जबान की पहली बोलती फिल्म कौन है। तो जी पंजाबी जबान की जी पहली बोलती फिल्म सी वो हिंद माता सिनेटाउन कंपनी बंबे वालों ने लाहौर गुरदासपुर अमृतसर शूटिंग करके फिल्म बनाई सी जिहदा पहला नाँ मिर्जा साहिबा सी। जो फिल्म मुकम्मल हुई तो फिल्म का नाँ सी इश्के पंजाब उर्फ मिर्जा साहिबा जिहड़ी 29 मार्च 1935 नूं निरंजन टाकी मैकलॉड रोड लाहौर विच साडी पंजाबियों की पहली फिल्म रिलीज़ हुई। जिस तरह इन्ना पुराना डाटा इकट्ठा करने विच किन्नियां क मुश्किलां जिहड़ियां ने सामना करना पिया कित्थों जिहड़ा डाटा फिर देखो जे मैं पार्टीशन तो पहला दे फिल्मां दी गल करां तो 1935 तो लैके 1946 तक टोटल 35 जिहड़ियां पंजाबी फीचर फिल्मां बनियां उन्हां दे बुकलेट सी मैनूं बहुत मुशक्कत नाल मिले क्योंकि ये मैं दो बारी फिर लाहौर रेंदे मित्रां नाल राबता कीता मैं लाहौर भी गया फिर उन्होंने मतलब मेरा इश्क वेख के मैनूं जिहड़ियां ओरिजिनल जिहड़ियां फिल्मां दे बुकलेट सीगे वो मैंने सारे उन्होंने मेरे उन्हें लाहौर रेंदे मित्रां ने जिहड़े मैंने गिफ्ट किए। देखो जी सांझियां फिल्मां थानू मैं अज ये गल मंजर क्लीयर कर ही देवां वो सांझियां फिल्मां नहीं सी दरअसल भारतीय फिल्मां सी जिहड़ी 1935 तो लैके 1946 तक बनी तां फनकार उही सांझे सी जो वंड तो बाद उधर चले गए उन्होंने जाके उधरलियां पंजाबी फिल्मां च जां उधरलियां उर्दू फिल्मां च कम करना शुरू करता। जिहड़े साडे फनकार उधर सीगे जिहड़े कोई सिख जां हिंदू फैमिलियां दे अदाकार सी वो जो पंजाब वंड तो बाद इधर आए उन्होंने मतलब इधरलियां फिल्मों काम करना शुरू करता। जिहड़े फनकार नूरजां वर्गे वड्डे फनकार सी जां भाई गुलाम हैदर अंबरसरी वर्गे वड्डे म्यूजिक डायरैक्टर सीगे वो सारे वंड तो बाद उधर चले गए। अच्छा जे गल करिए जिस तरह तुसीं फिल्मों के बारे लिखिया वा कि इन्हां दे विच उन्हां पात्रां दा भी जिक्र है जिहड़े पात्र जिहड़े ने दिखदे नहीं हैगे ऑन स्क्रीन नहीं दिखते चाहे वह गीत लिखण वाला जां कोई होर। देखो जी जिहड़ियां हुण गल वंड तो पहलां सिनेमे दी चलदी पई उह दा अज इस दुनिया च कोई भी नहीं हैगा सिर्फ उन्हां दीआं यादां ही आ जिहड़ियां असीं इक दस्तावेजी रूप च इक किताब दे रूप च असीं महफूज करके जिहड़ी आ फिल्म मदाहां दे रूबरू कर दित्ता। सर हुण तक तुसीं किन्ना रिकॉर्ड कवर कर लिता है किन्नियां फिल्मां दा? देखो मैं 1935 तों लैके 1985 तक जिहड़ा 50 सालां दा इतिहास दी जिहड़ी मैं किताब रिलीज़ कर चुकी हाँ। इस तों बाद मेरा 1986 तों लैके 2023 तक दा मेरा खरड़ा मुकम्मल हो चुक्या जिन्हां चों 1986 तों लैके 2020 तक दी किताब जिहड़ी आ मेरी डिजाइनिंग दा कम चल रिहा जिहड़ी मैं रिलीज़ कर। अच्छा पंजाब सरकार जिहड़ी हुण बहुत ज़्यादा उत्साहित कर रही है पंजाबी मां बोली नूं जे गल करिए पंजाबी सिनेमा दी जी की कदे तुहाडी जिहड़ी आ कदे बांह फड़ी होवे सरकार वल्लों जां तुहानूं कोई सपोर्ट मिली होवे? मैनूं ना तां सरकार वल्लों कोई सपोर्ट मिली आ इन्ना जरूर आ वी पफटा ने जिहड़ी साडी पंजाब दी फिल्म संस्था उन्होंने मेरी बुक रिलीज़ कीती आ बाकी बुक ते सारा पैसा मैं अपना लाया सीगा तां रिलीज़ करन दा जिहड़ा एजाज उन्होंने हासिल कीता। ਜੇ ਗੱਲ ਕਰੀਏ ਹੁਣ ਵੱਡੀਆਂ ਵੱਡੀਆਂ ਜਿਹੜੀਆਂ ਫਿਲਮਾਂ ਨੇ ਪੰਜਾਬੀ ਸਿਨੇਮਾ ਜਗਤ ਬਣਾ ਰਿਹਾ ਕੀ ਜਿਹੜੇ ਨੇ ਦਰਸ਼ਕ ਨੇ ਉਹਨਾਂ ਨੂੰ ਕੀ ਜਿਹੜੀ ਅਪੀਲ ਕਰੋਗੇ ਜਾਂ ਕੀ ਕੌਣ ਕਹਿਣਾ ਚਾਹੋਗੇ? ਦੇਖੋ ਫਿਲਮਾਂ ਜੇ ਪਹਿਲਾਂ ਦੀ ਮੈਂ ਗੱਲ ਕਰਾਂ ਵੰਡ ਤੋਂ ਪਹਿਲਾਂ ਫਿਲਮਾਂ ਮਤਲਬ ਪੰਜਾਬ ਦੇ ਲੋਕ ਨਾਇਕਾਂ ਨੂੰ ਲੈ ਕੇ ਫਿਲਮਾਂ ਬਣਦੀਆਂ ਸੀਗੀਆਂ ਪੰਜਾਬ ਦੇ ਸੂਰਵੀਰ ਯੋਧਿਆਂ ਨੂੰ ਲੈ ਕੇ ਫਿਲਮਾਂ ਬਣਦੀਆਂ ਜਾਂ ਪੰਜਾਬ ਦੇ ਮੁਹੱਬਤੀ ਅਫਸਾਨਿਆਂ 'ਤੇ ਫਿਲਮਾਂ ਬਣਦੀਆਂ ਸੀ। ਵੰਡ ਤੋਂ ਬਾਅਦ ਜਿਹੜੀਆਂ ਫਿਲਮਾਂ ਬਣਦੀਆਂ ਸੀਗੀਆਂ ਉਹ ਪੰਜਾਬ ਦੀ ਰਹਿਤਲ ਨਾਲ ਜੁੜੀਆਂ ਸੀ। ਜੇ ਗੱਲ ਮੈਂ 1970 ਤੋਂ ਲੈ ਕੇ 80 ਦੇ ਦਹਾਕੇ ਦੇ ਕਰਾਂ ਫਿਲਮਾਂ ਦੀ ਤਾਂ ਫਿਲਮਾਂ ਦਾ ਸ਼ਹਿਰੀਕਰਨ ਹੋ ਚੁੱਕਿਆ ਸੀਗਾ ਮਤਲਬ ਸ਼ਹਿਰੀ ਕਹਾਣੀਆਂ ਫਿਲਮਾਂ 'ਚ ਆ ਗਈਆਂ ਸੀ। ਜਦੋਂ 1980 ਤੋਂ ਬਾਅਦ ਵਰਿੰਦਰ ਦਾ ਯੁੱਗ ਸ਼ੁਰੂ ਹੋਇਆ ਤਾਂ ਪੰਜਾਬ ਦੀ ਰਹਿਤਲ ਨਾਲ ਪੰਜਾਬ ਦੀ ਧਰਤੀ ਨਾਲ ਜੁੜੀਆਂ ਪੰਜਾਬ ਦੇ ਲੋਕਾਂ ਨਾਲ ਜੁੜੀਆਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ। ਫਿਰ ਵਿੱਚੋਂ ਇੱਕ ਸਮਾਂ 90 ਦਾ ਇਹੋ ਜਿਹਾ ਵੀ ਆਇਆ ਵੀ ਜਦੋਂ ਲਹਿੰਦੇ ਪੰਜਾਬ ਦੀਆਂ ਫਿਲਮਾਂ ਚੜ੍ਹਦੇ ਪੰਜਾਬ ਵਾਲੇ ਕਾਪੀ ਕਰਨੀਆਂ ਸ਼ੁਰੂ ਕਰਤੀਆਂ ਸੀਗੀਆਂ ਅਤੇ ਮਾਹੌਲ ਠੀਕ ਤੋਂ ਬਾਅਦ ਜਿਹੜੀ ਜਸਪਾਲ ਭੱਟੀ ਦੀ ਫਿਲਮ ਸੀਗੀ ਮਾਹੌਲ ਠੀਕ ਤੋਂ ਬਾਅਦ ਫਿਲਮਾਂ ਦਾ ਮਾਹੌਲ ਬਹੁਤ ਵਧੀਆ ਹੋਇਆ। ਫਿਰ ਜਦੋਂ ਮਨਮੋਹਨ ਸਿੰਘ ਜੀ ਨੇ GI ਨੂੰ ਫਿਲਮ ਬਣਾਈ ਅਤੇ ਜਿਹੜਾ ਪੰਜਾਬੀ ਫਿਲਮਾਂ ਦਾ ਬਜਟ ਆ ਜਿਹੜਾ ਲੱਖਾਂ ਤੋਂ ਕਰੋੜਾਂ 'ਚ ਗਿਆ। ਅੱਜ ਪੰਜਾਬੀ ਫਿਲਮਾਂ ਬਹੁਤ ਤਰੱਕੀ ਯਾਫਤਾ ਪੰਜਾਬੀ ਸਿਨੇਮਾ ਤਰੱਕੀ ਕਰ ਰਿਹਾ ਪੰਜਾਬੀ ਫਨਕਾਰ ਤਰੱਕੀ ਕਰ ਰਹੇ ਆ। ਜਿਹੜਾ ਸਾਡਾ ਪੰਜਾਬੀ ਸਿਨੇਮਾ ਜਿਹਨੂੰ ਅੱਜ ਬੋਲੀਵੁੱਡ ਕਿਹਾ ਜਾਂਦਾ ਅੱਜ ਬੋਲੀਵੁੱਡ ਨੂੰ ਪੱਕੀ ਅਤੇ ਪੂਰੀ ਤਰ੍ਹਾਂ ਟੱਕਰ ਦੇ ਰਿਹਾ। ਸਰ ਦੇਖਿਆ ਵੀ ਤੁਸੀਂ ਪੰਜਾਬੀ ਬੋਲੀ ਦੇ ਲਈ ਪੰਜਾਬੀ ਮਾਹਾ ਬੋਲੀ ਦੇ ਲਈ ਫਿਲਮਾਂ ਦਾ ਵੀ ਰਿਕਾਰਡ ਇਕੱਠਾ ਕੀਤਾ ਲੇਕਿਨ 1985 ਤੋਂ ਜਿਹੜਾ ਬਾਅਦ ਦਾ ਰਿਕਾਰਡ ਆ ਉਹ ਵੀ ਤੁਸੀਂ ਕਵਰ ਕਰੋਗੇ? ਜੀ ਉਹ ਕਰ ਚੁੱਕੇ ਹਾਂ ਜੀ ਮੈਂ ਤਾਂ ਉਹ ਤਾਂ ਕਿਤਾਬੀ ਰੂਪ 'ਚ ਆ ਰਿਹਾ
ਜਿਹੜੇ ਉਹਨਾਂ ਦੇ ਖਰੜੇ ਸੀਗੇ ਜਾਂ ਉਹਨਾਂ ਦੇ ਬੁਕਲੈਟ ਸੀਗੇ ਜਾਂ ਉਹਨਾਂ ਦੇ ਸਟਿਲ ਫੋਟੋਗ੍ਰਾਫ ਸੀ ਜਾਂ ਉਹਨਾਂ ਦੇ ਐਲ ਪੀ ਰਿਕਾਰਡ ਸੀ ਜਾਂ 78 ਆਰ ਪੀ ਐਮ ਦੇ ਜਿਹਨਾਂ ਨੂੰ ਪੱਥਰ ਦੇ ਰਿਕਾਰਡ ਕਹਿੰਦੇ ਜਾਂ ਈ ਪੀ ਰਿਕਾਰਡ ਸੀ ਜਾਂ ਉਹਨਾਂ ਦੇ ਵੀ ਐਚ ਐਸ ਸੀਗੇ ਉਹ ਮੈਂ ਸਾਰੇ ਇਕੱਠੇ ਕਰ ਲਏ ਆ ਜਿਹੜੇ ਥੋੜ੍ਹੇ ਬਹੁਤੇ ਰਹਿ ਗਏ ਆ ਉਹ ਚੰਗੇ ਦੋਸਤਾਂ ਨਾਲ ਮਿਲ ਕੇ ਉਹ ਉਹਨਾਂ 'ਤੇ ਵੀ ਮੈਂ ਕੰਮ ਕਰ ਰਿਹਾ ਵੀ ਉਹ ਵੀ ਮੈਨੂੰ ਕਿਤੋਂ ਪ੍ਰਾਪਤ ਹੋਏ ਲੁਧਿਆਣੇ ਕਿੱਥੇ ਪਹੁੰਚੇ ਹੋ ਜੀ ਅੱਜ ਮੈਨੂੰ ਇਸ ਗੱਲ ਦੀ ਇੰਤਹਾਈ ਖੁਸ਼ੀ ਆ ਵੀ ਅੱਜ ਮੈਨੂੰ ਲੁਧਿਆਣੇ ਆਉਣ ਦਾ ਸਬੱਬ ਬਣਿਆ ਉਹ ਵੀ ਮੇਰੇ ਬਹੁਤ ਹੀ ਪਿਆਰੇ ਮੇਰੇ ਮਿੱਤਰ ਮੇਰੇ ਵੱਡੇ ਵੀਰ ਕਮਲਜੀਤ ਸਿੰਘ ਢਿੱਲੋਂ ਢਿੱਲੋਂ ਬਾਈ ਜੀ ਚੰਦ ਦਿਨ ਪਹਿਲਾਂ ਮੇਰੇ ਕੋਲ ਘਰ ਆਏ ਸੀਗੇ ਮੇਰਾ ਪੰਜਾਬੀ ਸਿਨੇਮੇ ਦਾ ਕੰਮ ਤੋਂ ਬੜੇ ਮੁਤਾਸਰ ਹੋਏ ਇਹਨਾਂ ਨੇ ਮੈਨੂੰ ਪੁੱਛਿਆ ਮਨਦੀਪ ਕੰਮ ਪਹਿਲਾਂ ਕਿਵੇਂ ਕੀਤਾ ਹੁਣ ਤੇਰਾ ਕੰਮ ਕਿਵੇਂ ਚੱਲ ਰਿਹਾ ਮੈਂ ਸਾਰਾ ਇਹਨਾਂ ਨਾਲ ਉਹ ਗੱਲਾਂ ਮੇਰੀਆਂ ਸਾਂਝੀਆਂ ਮੈਂ ਕੀਤੀਆਂ ਇਹਨਾਂ ਨੇ ਕਿਹਾ ਮਨਦੀਪ ਇਸ ਵਾਰੀ ਮੈਨੂੰ ਇਹ ਮੈਂ ਇੱਕ ਖੁਸ਼ੀ ਹਾਸਲ ਕਰਨਾ ਚਾਹੁੰਦਾ ਵੀ ਤੇਰੀਆਂ ਜਿਹੜੀਆਂ ਹੁਣ ਕਿਤਾਬਾਂ ਦਾ ਕੰਮ ਡਿਜ਼ਾਇਨਿੰਗ ਦਾ ਚੱਲ ਰਿਹਾ ਉਹ ਸਾਰਾ ਖਰਚਾ ਮੈਂ ਕਰੂੰਗਾ ਤੂੰ ਇੰਨਾ ਇੰਨੇ ਵਰੇ ਹੋ ਗਏ ਤੈਨੂੰ ਕੰਮ ਕਰਦੇ ਨੂੰ ਜੇ ਕਿਸੇ ਫਿਲਮ ਸੰਸਥਾ ਨੇ ਜਾਂ ਕਿਸੇ ਹੋਰ ਨੇ ਤੇਰੇ ਨਾਲ ਨਹੀਂ ਖੜੋਤੇ ਤਾਂ ਮੈਂ ਛੋਟੇ ਵੀਰ ਤੇਰੇ ਨਾਲ ਥੰਮ ਬਣ ਕੇ ਅੱਜ ਖੜੋਤਾ ਕਿਤਾਬ ਦੀ ਛਪਾਈ ਦਾ ਕਿਤਾਬ ਦੀ ਡਿਜ਼ਾਇਨਿੰਗ ਦਾ ਸਾਰਾ ਖਰਚਾ ਉਹ ਮੈਂ ਕਰੂੰਗਾ ਆਪਣੀ ਖੁਸ਼ੀ ਨਾਲ ਤਾਂ ਮੈਨੂੰ ਬਹੁਤ ਖੁਸ਼ੀ ਆ ਵੀ ਮੇਰੇ ਢਿੱਲੋਂ ਬਾਈ ਵਰਗੇ ਪਿਆਰੇ ਵੀਰ ਅੱਜ ਵੀ ਪੰਜਾਬੀ ਸਿਨੇਮੇ ਨੂੰ ਮੋਹ ਕਰਨ ਵਾਲੇ ਬੈਠੇ ਆ ਪੰਜਾਬੀ ਜ਼ਬਾਨ ਨੂੰ ਮੋਹ ਕਰਨ ਵਾਲੇ ਬੈਠੇ ਆ ਤਾਂ ਮੈਨੂੰ ਆਪਣੇ ਇਸ ਵੱਡੇ ਬਾਈ 'ਤੇ ਬਹੁਤ ਮਾਣ ਉਹਨਾਂ ਦਾ ਕਰ ਲਿਆ ਬਾਕੀਆਂ ਦਾ ਨਾਮ ਬਸ ਚਲੋ ਮੇਰਾ ਨਾਮ ਕਮਲਜੀਤ ਸਿੰਘ ਢਿੱਲੋਂ ਜੀ ਇਹ ਮੈਨੂੰ ਮੇਰੇ ਬੜੇ ਪੁਰਾਣੇ ਦੋਸਤ ਟੋਨੀ ਮਰਵਾਹਾ ਜੀ ਕਨੇਡਾ ਤੋਂ ਉਹ ਮਹੀਨਾ ਕੁ ਪਹਿਲਾਂ ਆਏ ਸੀ ਉਹ ਆਪਦਾ ਚੈਨਲ ਉੱਥੇ ਚਲਾਉਂਦੇ ਆ ਟੀ ਵੀ ਚੈਨਲ ਚਲਾਉਂਦੇ ਆ ਗੀਤਾਂ ਨਾਲ ਪ੍ਰੀਤਾਂ ਅਤੇ ਇੱਥੋਂ ਦੀ ਨਿਊਜ਼ ਇਹਨਾਂ ਦੇ ਬ੍ਰਦਰ ਕਵਰ ਕਰਦੇ ਆ ਕਮਲਜੀਤ ਸਿੰਘ ਇਹਨਾਂ ਦੇ ਨਾਲ ਪਟਿਆਲੇ ਗਏ ਉੱਥੋਂ ਮੈਂ ਇਹਨਾਂ ਦੀ ਬੁੱਕ ਦੇਖੀ ਅਤੇ ਮੈਂ ਇੰਨਾ ਕੁ ਪ੍ਰਭਾਵਿਤ ਹੋਇਆ ਇਹਨਾਂ ਦੀ ਬੁੱਕ ਦੇਖ ਕੇ ਵੀ ਇਹਨਾਂ ਨੇ ਸਾਰੀ ਜ਼ਿੰਦਗੀ 22 ਸਾਲ ਬੁੱਕ ਲਿਖਣ 'ਤੇ ਲਾ ਤੇ ਆਪਦਾ ਵਿਆਹ ਕਰਾਉਣਾ ਵੀ ਭੁੱਲ ਗਏ ਮੈਂ ਆਖਦਾ ਤਾਂ ਅਤੇ ਇੰਨਾ ਕੁ ਮੈਂ ਇਹਨਾਂ ਤੋਂ ਪ੍ਰਭਾਵਿਤ ਹੋਇਆ ਬੁੱਕ ਤੋਂ ਵੀ ਆਉਣ ਵਾਲੀ ਇਹਨਾਂ ਦੀ ਜਿਹੜੀਆਂ 3 ਕਿਤਾਬਾਂ ਜਿਹੜੀਆਂ 1986 ਤੋਂ ਲੈ ਕੇ 2020 ਤੱਕ ਅਤੇ ਦੋ ਕਿਤਾਬਾਂ ਇਹਨਾਂ ਦੀਆਂ ਹੋਰ ਜਿਹੜੀਆਂ ਬਣਨੀਆਂ ਦਿੱਤੀਆਂ ਹੋਈਆਂ ਵਾ ਸਾਰੇ ਅਤੇ ਉਹਨਾਂ ਦਾ ਸਾਰਾ ਖਰਚਾ ਮੈਂ ਆਪਦੀ ਖੁਸ਼ੀ ਨਾਲ ਮੈਂ ਰਿਲੀਜ਼ ਕਰਾਉਣ ਦਾ ਜੁੰਮਾ ਇਹਨਾਂ ਦਾ ਨਹੀਂ ਇਹਨਾਂ ਨੇ ਤਾਂ ਪੰਜਾਬੀ ਸਿਨੇਮੇ ਨਾਲ ਜਿਹੜਾ ਇਹਨਾਂ ਦਾ ਪਿਆਰ ਸੀ ਇਹਨਾਂ ਨੇ ਸਾਰਾ ਇਕੱਠਾ ਕੀਤਾ ਕੀ ਤੁਹਾਨੂੰ ਵੀ ਜਿਹੜਾ ਪੰਜਾਬੀ ਸਿਨੇਮੇ ਨਾਲ ਉਨਾ ਹੀ ਮੋਹ ਆਉਂਦਾ ਵੀ ਲੱਗਦਾ ਵੀ ਪੰਜਾਬੀ ਮੈਨੂੰ ਤਾਂ ਪੰਜਾਬੀ ਸਿਨੇਮਾ ਮੈਂ ਤਾਂ ਬਹੁਤ ਫਿਲਮਾਂ ਦੇਖਣ ਦਾ ਸ਼ੌਕੀਨ ਹਾਂ ਅਤੇ ਪੰਜਾਬੀ ਸਿਨੇਮਾ ਦਾ ਨਾਲ ਮੈਨੂੰ ਜ਼ਿਆਦਾ ਪਿਆਰ ਕਰਕੇ ਹੀ ਮੈਂ ਇਹਨਾਂ ਨੂੰ ਹੁਣ ਇੰਨਾ ਪਿਆਰ ਕਰਦਾ ਆਪਦੇ ਮੇਰੇ ਪੁੱਤਾਂ ਵਰਗਾ ਹੈ ਅੱਛਾ ਕੀ ਚਾਹੁੰਦੇ ਹੋ ਕਿ ਲੋਕਾਂ ਦੇ ਵਿੱਚ ਜਿਹੜੀ ਇਹ ਜਾਣਕਾਰੀ ਜਾਣੀ ਚਾਹੀਦੀ ਹੈ ਜਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡਾ ਜਿਹੜਾ ਸੱਭਿਆਚਾਰ ਆ ਕਿੰਨਾ ਅਮੀਰ ਆ ਜਾਂ ਕਦੋਂ ਕਿਹੜੇ ਕਿਹੜੇ ਜਿਹੜੇ ਸਿਤਾਰੇ ਨੇ ਹੁਣ ਤੱਕ ਪੰਜਾਬੀ ਸਿਨੇਮੇ ਦੇ ਵਿੱਚ ਯੋਗਦਾਨ ਪਾਇਆ ਜਿਹੜੀ ਆਉਣ ਵਾਲੀਆਂ ਜਿਹੜੀਆਂ ਦੋ ਕਿਤਾਬਾਂ ਹੋਰ ਆ ਨਾ ਜਿਹੜਾ ਪੰਜਾਬੀ ਸਿਨੇਮਾ ਦੇ ਕਲਾਕਾਰਾਂ ਬਾਰੇ ਇਕੱਲੇ ਇਕੱਲੇ ਕਲਾਕਾਰਾਂ ਬਾਰੇ ਸਾਰਾ ਕੁਛ ਇਹਨਾਂ ਨੇ ਇੰਨੀ ਕੁ ਬਰੀਫੀ ਨਾਲ ਲਿਖਿਆ ਨਾ ਮੈਂ ਕਹਿੰਦਾ ਹਰ ਬੱਚੇ ਨੂੰ ਉਹ ਬੁੱਕ ਪੜ੍ਹਨੀ ਚਾਹੀਦੀ ਆ ਅਤੇ ਉਹ ਪੜ੍ਹ ਕੇ ਬਹੁਤ ਵਧੀਆ ਲੱਗਦਾ ਸਰ ਦੇਖਿਆ ਮਾਂ ਬੋਲੀ ਪੰਜਾਬੀ ਲੋਕ ਭੁੱਲਦੇ ਜਾ ਰਹੇ ਲੇਕਿਨ ਇਹਨਾਂ ਨੇ ਆਪਣਾ ਉਮਰ ਹੀ ਗਏ ਇਸ ਪੰਜਾਬੀ ਇਤਿਹਾਸ ਦੇ ਪਿੱਛੇ ਗਵਾਤੀ ਉਹਨਾਂ ਨੂੰ ਕੀ ਮੈਸੇਜ ਹੈ ਜਿਹੜਾ ਪੰਜਾਬੀ ਇਤਿਹਾਸ ਭੁੱਲਦੇ ਜਾ ਰਹੇ ਆ ਇਹ ਤਾਂ ਬਹੁਤ ਭੈੜੀ ਗੱਲ ਆ ਜੀ ਹਰ ਬੱਚੇ ਨੂੰ ਅੱਜ ਕੱਲ੍ਹ ਪੰਜਾਬੀ ਫਿਲਮਾਂ ਦੇਖਣੀਆਂ ਚਾਹੀਦੀਆਂ ਪੰਜਾਬੀ ਬੋਲੀ ਬੋਲਣੀ ਚਾਹੀਦੀ ਆ ਅਤੇ ਅੱਜ ਕੱਲ੍ਹ ਤਾਂ ਗੌਰਮੈਂਟ ਨੇ ਵੀ ਪੰਜਾਬੀ ਬੋਰਡ ਦਾ ਅਨਾਊਂਸ ਕਰਤਾ ਵੀ ਲਾਓ ਪੰਜਾਬੀ ਨੂੰ ਉਤਸ਼ਾਹ ਤਾਂ ਹੁਣ ਮਿਲ ਹੀ ਰਿਹਾ